ਅੱਜ ਦੀ ਆਵਾਜ਼ ਤੋਂ ਲਖਵਿੰਦਰ ਪੱਤਰਕਾਰ ਜਾਗੋਵਾਲ। ਅੱਜ ਪਹੁੰਚੇ ਹਾਂ ਪਿੰਡ ਚੋਪੜੇ ਵਿੱਚ, ਜੋ ਇੱਥੇ ਗੁਰਦੁਆਰਾ ਸਾਹਿਬ ਵਿੱਚ ਬਹੁਤ ਹੀ ਵੱਡੀ ਮੀਟਿੰਗ ਰੱਖੀ ਗਈ। ਮੀਟਿੰਗ ਦਾ ਮੁੱਦਾ ਇਹ ਹੈ ਕਿ ਗੁਰਦਾਸਪੁਰ ਦਾ ਕੂੜਾ ਕਰਕੇ ਇੱਥੇ ਲਿਆ ਕੇ ਡੰਪ ਕੀਤਾ ਜਾ ਰਿਹਾ ਹੈ। ਇਸ ਨਾਲ ਬਹੁਤ ਹੀ ਬਿਮਾਰੀਆਂ ਫੈਲ ਰਹੀਆਂ ਨੇ। ਪਵਿੱਤਰ ਧਰਤੀ ਘੱਲੂਘਾਰਾ ਸਾਹਿਬ ਨੂੰ ਵੀ ਬਹੁਤ ਗੰਦਗੀ ਫੈਲ ਰਹੀ ਹੈ। ਇਸ ਬਾਰੇ ਪੁੱਛਦੇ ਹਾਂ ਜੋ ਵੀ ਪਵਿੱਤਰ ਸੰਸਥਾ ਪਹੁੰਚੇ ਨੇ, ਹੁਣ ਉਹ ਕੀ ਕਹਿੰਦੇ ਨੇ। ਸ਼ਹੀਦਾਂ ਨਾਲ ਮਿਲ ਕੇ ਪਿੰਡ ਵਿੱਚ ਜੋ ਮੀਟਿੰਗ ਕੀਤੀ ਗਈ ਆ, ਉਹਦੇ ਵਿੱਚ ਬੜੀਆਂ ਅਹਿਮ ਗੱਲਾਂ ਦਾ ਪਤਾ ਲੱਗਾ ਕਿ ਜੋ ਸਾਡਾ ਇਹ ਕਾਨਵਨ ਸ਼ੰਭ ਆ ਉਹਨੂੰ ਦੂਸ਼ਿਤ ਕੀਤਾ ਜਾ ਰਿਹਾ ਇਹ ਨਗਰ ਕੌਂਸਲ ਗੁਰਦਾਸਪੁਰ ਵੱਲੋਂ, ਕਿਉਂਕਿ ਜਿਹੜੀ ਸਲਾਬ ਸ਼ੰਭ ਦੀ ਪੈਲੀ ਆ, ਤਕਰੀਬਨ ਸਾਡੇ ਪ੍ਰਧਾਨ ਸਾਹਿਬ ਹੋਣਾਂ ਨੇ ਦੱਸਿਆ, ਸਾਰੇ ਭਰਾਵਾਂ ਦੱਸਿਆ ਕਿ ਇਹਦੇ ਵਿੱਚ ਅਸੀਂ ਗੰਦ ਨਹੀਂ ਪਾ ਸਕਦੇ। ਸੋ ਇਹਨਾਂ ਭਰਾਵਾਂ ਵੱਲੋਂ ਅੱਜ ਬਹੁਤ ਹੀ ਗੰਭੀਰਤਾ ਨਾਲ ਇਹ ਚੀਜ਼ ਦਾ ਫੈਸਲਾ ਕੀਤਾ ਗਿਆ। ਸੰਗਤ ਦੀ ਹਾਜ਼ਰੀ ਵਿੱਚ ਚੋਪੜੇ ਦੀ ਸੰਗਤ ਤਕਰੀਬਨ ਸਾਰਾ ਪਿੰਡ ਹੀ ਅੱਜ ਇਕੱਤਰ ਹੀ। ਸੋ ਇਹਨਾਂ ਨੇ ਇਹ ਫੈਸਲਾ ਕੀਤਾ ਕਿ 18 ਤਰੀਕ ਨੂੰ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਜਾ ਕੇ ਮੰਗ ਪੱਤਰ ਦੇਵਾਂਗੇ। ਉਹਨਾਂ ਅੱਗੇ ਇਹ ਬੇਨਤੀ ਰੱਖਾਂਗੇ, ਇਹ ਜਿਹੜੀ ਸਿੰਘਾਂ ਸ਼ਹੀਦਾਂ ਦੀ ਪਵਿੱਤਰ ਧਰਤੀ ਆ, ਇਹਨੂੰ ਗੰਦਲਾ ਨਾ ਕੀਤਾ ਜਾਵੇ। ਇਹ ਜਿਹੜਾ ਗੰਦ ਆ ਰਿਹਾ ਨੂੰ ਜਿੰਨੀ ਜਲਦੀ ਹੋ ਸਕਦਾ, ਕੋਈ ਇਹਦੇ ਨਾਲ ਕੰਪਰੋਮਾਈਜ਼ ਨਹੀਂ, ਤਕਰੀਬਨ ਬੰਦ ਕੀਤਾ ਜਾਵੇ। ਸਾਡੀ ਹੋਰ ਕੋਈ ਮੰਗ ਨਹੀਂ ਆ, ਤਾਂ ਜੋ ਸਾਡੇ ਪਿੰਡ ਵਿੱਚ ਇਹ ਕੈਂਸਰ ਵਰਗੇ ਭਿਆਨਕ ਰੋਗਾਂ ਦੀ ਜੜ ਨਾ ਲੱਗੇ ਅਤੇ ਸਾਡੇ ਭੈਣ ਭਰਾ ਇਹ ਬਲੀ ਨਾ ਚੜ੍ਹਨ। ਸੋ ਫਿਰ ਤੋਂ ਇਹ ਆ ਵੀ ਜੇ ਡੀ ਸੀ ਸਾਹਿਬ ਇਹਨਾਂ ਇਹ ਮੰਗ ਪੱਤਰ ਦੇ ਧਿਆਨ ਦੇ ਵਿੱਚ ਕੋਈ ਕਾਰਵਾਈ ਨਹੀਂ ਕਰਦੇ, ਫਿਰ ਆਪਣੀ ਅੱਗੇ ਸੰਘਰਸ਼ ਕਮੇਟੀਆਂ ਜਿਹੜੇ ਆਪਣੇ ਵੱਡੇ ਭਰਾ ਵਾ ਰੰਧਾਵਾ ਸਾਹਿਬ ਵਰਗੇ ਵੱਡੇ ਵੀਰ ਪ੍ਰੈਸ ਵਾਲੇ ਭਰਾਵਾਂ ਨੂੰ ਨਾਲ ਲੈ ਕੇ ਉਹ ਚੰਗਾ ਵੱਡਾ ਜਿਹੜਾ ਵਾ ਇਹ ਰੰਭਾਂਗੇ, ਤਾਂ ਕਿ ਇਹ ਕੂੜੇ ਤੋਂ ਨਜਾਤ ਪਾਈ ਜਾ ਸਕੇ। ਅੱਜ ਗੁਰਦੁਆਰਾ ਸਾਹਿਬ ਪਿੰਡ ਚੋਪੜਾ ਵਿੱਚ ਜੋ ਸਮੁੱਚੀ ਸੰਗਤ ਪਿੰਡ ਚੋਪੜਾ ਦੀ ਔਰ ਲਾਗੇ ਇਲਾਕੇ ਤੋਂ ਪਤਵੰਤੇ ਸੱਜਣ ਜੋ ਸਾਡੇ ਇੱਥੇ ਨਗਰ 'ਚ ਪਹੁੰਚੇ ਸੀ, ਸਾਡੇ ਪਿੰਡ 'ਚ ਜੋ ਅੱਜ ਤੋਂ ਕੋਈ 15-20 ਸਾਲ ਪਹਿਲਾਂ ਜੋ ਕੂੜੇ ਦਾ ਮੁੱਦਾ ਚੱਲ ਰਿਹਾ ਸੀ, ਕੂੜਾ ਜੋ ਸੁੱਟਿਆ ਜਾ ਰਿਹਾ ਸੀ, ਉਹਦੇ ਸੰਬੰਧ ਵਿੱਚ ਇੱਕ ਮੀਟਿੰਗ ਪਹਿਲਾਂ ਗੁਰਦੁਆਰਾ ਕੋਟਲੀ ਸਾਹਿਬ ਕੋਟਲੀ ਸੈਣੀਆਂ ਵਿਖੇ ਹੋਈ ਸੀ ਔਰ ਦੂਸਰੀ ਮੀਟਿੰਗ ਦਾ ਅੱਜ ਇੱਥੇ ਆਗਾਜ਼ ਕੀਤਾ ਗਿਆ ਵਾ। ਇਹ ਮੀਟਿੰਗ ਤੋਂ ਅਸੀਂ ਇਹ ਸਿੱਧ ਕਰਦੇ ਹਾਂ ਕਿ ਜਿਹੜਾ ਸਾਡੇ ਪਿੰਡ 'ਚ ਕੂੜਾ ਆ ਰਿਹਾ, ਉਹ ਕੂੜਾ ਜਿਹੜਾ ਕਿ ਕਾਫੀ ਸਾਡੇ ਪਿੰਡ ਨੂੰ ਬਿਮਾਰੀਆਂ ਦਾ ਘਰ ਬਣਾਉਂਦਾ ਜਾ ਰਿਹਾ, ਇਹਦੇ ਤੋਂ ਸਾਡੇ ਪਿੰਡ 'ਤੇ ਕਾਫੀ ਪਾਣੀ ਜਿਹੜਾ ਦੂਸ਼ਿਤ ਹੋ ਰਿਹਾ ਵਾ, ਕਾਫੀ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਜਕੜ ਕਰ ਰਹੀਆਂ ਵਾ। ਸੋ ਅਸੀਂ ਸਾਰੇ ਨਗਰ ਨੇ ਬਾਹਰੋਂ ਆਏ ਪਤਵੰਤੇ ਸੱਜਣਾਂ ਨੇ ਇਹ ਚੀਜ਼ ਦਾ ਵਿਰੋਧ ਕੀਤਾ ਵਾ ਔਰ 18 ਤਰੀਕ ਨੂੰ ਡੀ ਸੀ ਸਾਹਿਬ ਨੂੰ ਅਸੀਂ ਇੱਕ ਮੰਗ ਪੱਤਰ ਦੇਣ ਜਾ ਰਹੇ ਹਾਂ ਜਿਹਦੇ ਵਿੱਚ ਕਿ ਇਹ ਕੂੜੇ ਨੂੰ ਮੁਕੰਮਲ ਤੌਰ 'ਤੇ ਜਿਹੜਾ ਬੰਦ ਕੀਤਾ ਜਾਏਗਾ। ਜੇ ਇਹ ਕੂੜੇ ਨੂੰ ਬੰਦ ਨਹੀਂ ਕੀਤਾ ਜਾਂਦਾ ਤਾਂ ਗਾਂਹ ਫਿਰ ਜੋ ਸੰਗਤਾਂ ਦੀ ਇਲਾਕੇ ਦੀ ਜੋ ਸਾਡੀ ਅਗਵਾਈ ਹੋਏਗੀ ਜਾਂ ਇਹਨੂੰ ਹੋਰ ਵੱਢਣ ਦੀ ਅਗਵਾਈ ਹੋਏਗੀ, ਉਹ ਅਸੀਂ ਚੰਗੀ ਤਰ੍ਹਾਂ ਜਿਹੜੀ ਸੰਗਤ ਦੇ ਨਾਲ ਹੋ ਕੇ ਕਰਾਂਗੇ। ਧੰਨਵਾਦ। ਗੁਰਦਾਸਪੁਰ ਪ੍ਰਸ਼ਾਸਨ ਵੱਲੋਂ ਜਿਹੜਾ ਲਗਾਤਾਰ ਕੂੜਾ ਸੁੱਟਿਆ ਜਾ ਰਿਹਾ ਔਰ ਇਲਾਕੇ ਦੇ ਵਿੱਚ ਇਸ ਕੂੜੇ ਨੂੰ ਲੈ ਕੇ ਬਹੁਤ ਵਿਰੋਧ ਚੱਲ ਰਿਹਾ, ਉਹਦੇ ਸੰਬੰਧ ਦੇ ਵਿੱਚ ਤੁਸੀਂ ਅੱਜ ਜਿਹੜਾ ਇੱਕ ਪ੍ਰੋਗਰਾਮ ਹੋਇਆ ਉਹਦੇ ਬਾਰੇ ਦੇ ਵਿੱਚ ਦੱਸੋ ਕੀ ਅੱਜ ਦਾ ਪ੍ਰੋਗਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਆਗੂ ਗੁਰਬੀਰ ਸਿੰਘ ਰੰਧਾਵਾ। ਅੱਜ ਪਿੰਡ ਚੋਪੜਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡੀ ਮੀਟਿੰਗ ਹੋਈ ਆ, ਜਿਸ ਵਿੱਚ ਪਿੰਡ ਦੀ ਬਹੁਤ ਵੱਡੀ ਗਿਣਤੀ ਤੋਂ ਇਲਾਵਾ ਇਲਾਕੇ ਭਰ ਤੋਂ ਸੰਗਤਾਂ ਜਿਹੜੀਆਂ ਪਹੁੰਚੀਆਂ ਸੀ, ਇਹਦੇ ਵਿੱਚ ਬਹੁਤ ਭਰਵਾਂ ਅਤੇ ਨਿੱਠ ਕੇ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਜਿਹੜਾ ਕਾਨੂੰਨ ਛੰਭ ਦੇ ਅੰਦਰ ਜਿਹੜਾ ਇਹ ਕੂੜਾ ਸੁੱਟ ਕੇ ਇੱਥੋਂ ਦਾ ਵਾਤਾਵਰਨ ਆ ਜਿਹੜਾ ਉਹਦੇ ਵਿੱਚ ਵਿਗਾੜ ਪੈਦਾ ਕੀਤਾ ਜਾ ਰਿਹਾ, ਇੱਥੋਂ ਦੀ ਵਿਰਾਸਤ ਨਾਲ ਇਤਿਹਾਸਕ ਪਿਛੋਕੜ ਜਿਹਦੇ ਨਾਲ ਵੱਡਾ ਇਤਿਹਾਸ ਜਿਹੜਾ ਘੱਲੂਘਾਰੇ ਦਾ ਇਤਿਹਾਸ ਜੁੜਿਆ ਹੋਇਆ, ਮਹਾਨ ਸ਼ਹੀਦਾਂ ਦੀ ਇਹ ਧਰਤੀ ਹੈ, ਇਸ ਪਿਛੋਕੜ ਦੇ ਨਾਲ ਇਸ ਵਿਰਾਸਤ ਦੇ ਨਾਲ ਜਿਹੜਾ ਖਿਲਵਾੜ ਕੀਤਾ ਜਾ ਰਿਹਾ, ਇਹਦੇ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਵੱਡੀ ਜਿਹੜੀ ਇਲਾਕੇ ਵਾਸਤੇ ਜੇ ਇਹਨਾਂ ਪਿੰਡਾਂ ਵਾਸਤੇ ਸਮੱਸਿਆ ਖੜੀ ਹੋ ਗਈ ਆ, ਇਹਦਾ ਹੱਲ ਕੀ ਕੀਤਾ ਜਾਏਗਾ।
ਕੀ ਹੋ ਇਹਦਾ ਹੱਲ ਕੀ ਹੋ ਸਕਦਾ। ਸੋ ਇਸ ਕਰਕੇ ਇਹਨਾਂ ਵਿਚਾਰਾਂ ਲੰਬੀਆਂ ਵਿਚਾਰਾਂ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਕਿ ਸਭ ਤੋਂ ਪਹਿਲਾਂ ਇਹ ਫੈਸਲਾ ਜਿਹੜਾ ਇਹ ਮਸਲਾ ਜਿਹੜਾ ਇਹ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਜਾਵੇ ਔਰ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਵਾਸਤੇ ਜਿਹੜਾ ਜ਼ਿਲ੍ਹੇ ਦਾ ਮੁੱਖ ਅਫਸਰ ਹੈ DC ਸਾਹਿਬ ਉਹਨੂੰ ਮਿਲਣ ਵਾਸਤੇ 18 ਤਰੀਕ ਦਾ ਸਮਾਂ ਤੈਅ ਕੀਤਾ ਗਿਆ। ਸੋ 18 ਤਰੀਕ ਨੂੰ DC ਸਾਹਿਬ ਗੁਰਦਾਸਪੁਰ ਨੂੰ ਮਿਲ ਕੇ ਇਹ ਜਿਹੜਾ ਮਸਲਾ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਜੇ ਪ੍ਰਸ਼ਾਸਨ ਇਹ 'ਤੇ ਢੁੱਕਵੀਂ ਕਾਰਵਾਈ ਕਰਦਿਆਂ ਹੋਇਆਂ ਇਹ ਕੂੜਾ ਇੱਥੇ ਸੁੱਟਿਆ ਜਾਣਾ ਬੰਦ ਨਹੀਂ ਕਰਦਾ ਤਾਂ ਸੰਗਤਾਂ ਦੇ ਵੱਡੇ ਫੈਸਲੇ ਦੇ ਵਿੱਚ ਫਿਰ ਸੰਘਰਸ਼ ਰੰਭਣ ਦਾ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਰੰਭਣ ਦਾ ਜਿਹੜਾ ਉਹ ਫੈਸਲਾ ਕੀਤਾ ਜਾਏਗਾ। ਪਰ ਗੱਲ ਵੀਰੋ ਇਹ ਜਿੱਥੇ ਇਕੱਠ ਹੈ ਉੱਥੇ ਸਰਕਾਰਾਂ ਝੁੱਕ ਜਾਂਦੀਆਂ। ਜੇ ਮੋਦੀ ਝੁੱਕ ਸਕਦਾ ਤਾਂ ਇਹ ਲੜਾਈ ਬਹੁਤ ਛੋਟੀ ਹੈ। ਸਾਡੀ ਮਾਈਨਿੰਗ ਦੀ ਲੜਾਈ ਅਸੀਂ ਲੜ ਰਹੇ ਹਾਂ, ਬਹੁਤ ਵੱਡੀ ਲੜਾਈ ਹੈ, ਛੋਟੀ ਲੜਾਈ ਨਹੀਂ। ਪਰ ਅਸੀਂ 1 ਸਾਲ ਤੋਂ ਕ੍ਰੈਸ਼ਰ ਬੰਦ ਕਰਵਾਇਆ ਹੋਇਆ, 1 ਸਾਲ ਤੋਂ ਸਾਡੇ ਇਲਾਕੇ ਵਿੱਚ ਮਾਈਨਿੰਗ ਬਿਲਕੁਲ ਬੰਦ ਹੋਈ ਪਈ ਹੈ। ਉਸਦਾ ਵੱਡਾ ਕਾਰਨ ਇਹ ਹੈ ਕਿ ਸਾਡਾ ਇਕੱਠ ਸੀ ਤਾਂ ਬੰਦ ਹੋਈ। ਪਰ ਗੱਲ ਇੱਥੇ ਹੈ ਕਿ ਮੈਂ ਕੱਲ੍ਹ ਮੈਸੇਜ ਤੁਹਾਡੇ ਦੇ ਦਿੱਤਾ ਵੀ ਗਰੁੱਪ 'ਚ ਮੇਰਾ ਨੰਬਰ ਆ, ਵੀ ਅਸੀਂ ਪੁਰਾਣੀਆਂ ਗੱਲਾਂ ਛੱਡ ਦਈਏ ਵੀ ਯਾਰ ਉਹਨੇ ਡੰਪ ਕੂੜਾ ਢੇਰ ਲਵਾਇਆ ਸੀ ਯਾਰ ਉਹਨੇ ਲਵਾਇਆ ਸੀ, ਇਹ ਗੱਲਾਂ ਹੁਣ ਛੱਡ ਦਈਏ। ਉਦੋਂ ਸਾਰੇ ਹੀ ਕਸੂਰਵਾਰ ਸੀਗੇ, ਜਦੋਂ ਲੱਗਾ ਸੀ ਉਦੋਂ ਕੋਈ ਵੀ ਨਹੀਂ ਬੋਲਿਆ, ਉਦੋਂ ਇਕੱਲਾ ਸਰਪੰਚ ਜਾਂ ਸਾਬਕਾ ਸਰਪੰਚ ਜਾਂ ਉਸ ਤੋਂ ਸਾਬਕਾ ਸਰਪੰਚ ਨਹੀਂ ਕਸੂਰਵਾਰ ਸੀ, ਅਸੀਂ ਸਾਰੇ ਕਸੂਰਵਾਰ ਸੀ। ਇਸ ਕਰਕੇ ਵੀਰੋ ਪਿਛਲੀਆਂ ਗੱਲਾਂ ਨੂੰ ਛੱਡ ਕੇ ਹੁਣ ਅੱਗੇ ਦੇਖੋ, ਅੱਗੇ ਅਗਲੀ ਲੜਾਈ ਕਿੱਦਾਂ ਲੜਨੀ ਹੈ, ਕਿਉਂਕਿ ਇਹ ਲੜਾਈ ਤੁਹਾਡੀ ਤਾਂ ਬਹੁਤ ਛੋਟੀ ਲੜਾਈ ਹੈ। ਜੇ ਤੁਹਾਡਾ ਇਕੱਠ ਹੈ ਨਾ, ਇਕੱਠ ਅੱਗੇ ਕੋਈ ਵੀ ਸਰਕਾਰ ਨਹੀਂ ਦੇ, ਬਾਕੀ ਤੁਹਾਨੂੰ ਕਾਨੂੰਨ ਦਾ ਸਹਾਰਾ ਵੀ ਲੈ ਕੇ ਪੇਪਰ ਵਰਕ ਸਾਰਾ ਕਰਨਾ ਪੈਣਾ ਹੈ।